ਅੱਜ ਦੇ ਸਮੇਂ 'ਚ ਚੋਰਾਂ ਦੇ ਹੌਸਲੇ ਇਸ ਕਦਰ ਬੁਲੰਦ ਹੋ ਚੁੱਕੇ ਨੇ, ਨਾ ਤਾਂ ਉਹਨਾਂ ਨੂੰ ਰੱਬ ਦਾ ਹੀ ਡਰ ਰਿਹਾ ਤੇ ਨਾ ਹੀ ਪੁਲਿਸ ਦਾ। ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ, ਇਹ ਤਸਵੀਰਾਂ ਸ਼੍ਰੀ ਅਨੰਦਪੁਰ ਸਾਹਿਬ ਦੇ ਪਿੰਡ ਮੋਠਾਪੁਰ ਦੇ ਗੁਰਦੁਆਰਾ ਸਾਹਿਬ ਦੀਆਂ ਨੇ, ਜਿੱਥੇ ਚੋਰਾਂ ਵੱਲੋਂ ਰਾਤ ਸਮੇਂ ਗੁਰਦੁਆਰਾ ਸਾਹਿਬ ਦਾ ਤਾਲਾ ਤੋੜ ਕੇ ਗੋਲਕ ਹੀ ਚੋਰੀ ਕਰਕੇ ਫਰਾਰ ਹੋ ਗਏ। ਚੋਰਾਂ ਦੀ ਇਹ ਸਾਰੀ ਵਾਰਦਾਤ ਗੁਰਦੁਆਰਾ ਸਾਹਿਬ 'ਚ ਲੱਗੇ ਸੀਸੀਟੀਵੀ ਕੈਮਰੇ 'ਚ ਵੀ ਕੈਦ ਹੋ ਗਈ। ਇਸ ਸਾਰੀ ਘਟਨਾ ਦਾ ਉਦੋਂ ਪਤਾ ਲੱਗਿਆ ਜਦੋਂ ਪਿੰਡ ਵਾਸੀ ਸਵੇਰੇ ਗੁਰਦੁਆਰਾ ਸਾਹਿਬ 'ਚ ਸੇਵਾ ਕਰਨ ਆਏ ਤਾਂ ਗੁਰਦੁਆਰੇ ਦਾ ਤਾਲਾ ਟੁੱਟਿਆ ਹੋਇਆ ਦੇਖ ਕੇ ਉਹਨਾਂ ਦੇ ਹੋਸ਼ ਹੀ ਉੱਡ ਗਏ। ਉੱਥੇ ਦੂਜੇ ਪਾਸੇ ਪਿੰਡ ਵਾਸੀਆਂ ਵੱਲੋਂ ਪੁਲਿਸ ਨੂੰ ਸੂਚਿਤ ਕਰਨ ਤੇ ਵੀ ਪੁਲਿਸ ਮੌਕੇ ਤੇ ਨਹੀਂ ਪਹੁੰਚੀ, ਜਿਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਇਲਾਕੇ ਦੀ ਪੁਲਿਸ ਸੁਸਤ ਤੇ ਚੋਰ ਚੁਸਤ ਨੇ। ਅੱਜ ਅਸੀਂ ਸਵੇਰੇ 4:30 ਵਜੇ ਗੁਰਦੁਆਰਾ ਸਾਹਿਬ ਸੇਵਾ ਕਰਨ ਲਈ ਆਏ ਸੀ। ਜਦੋਂ ਅਸੀਂ ਆ ਕੇ ਦੇਖਿਆ ਤੇ ਦਰਵਾਜ਼ੇ ਦਾ ਜਿੰਦਰਾ ਟੁੱਟਿਆ ਹੋਇਆ ਸੀ। ਜਦੋਂ ਅਸੀਂ ਅੰਦਰ ਆਏ ਤਾਂ ਗੋਲਕ ਵੀ ਚੋਰੀ ਹੋਈ ਸੀ। ਜਦੋਂ ਅਸੀਂ ਇਹ ਗੱਲ ਸਾਰੀ ਦੇਖੀ ਤਾਂ ਪਿੰਡ ਵਾਲੇ ਨੂੰ ਬੁਲਾ ਕੇ ਦੱਸਿਆ, ਸੀਸੀ ਕੈਮਰੇ ਵਿੱਚ ਦੋ ਚੋਰ ਗੋਲਕ ਚੱਕ ਕੇ ਜਾਂਦੇ ਹੋਏ ਨਜ਼ਰ ਆ ਰਹੇ ਸਨ। ਇਸ ਤੋਂ ਬਾਅਦ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਸੂਚਿਤ ਕੀਤਾ। ਸਾਨੂੰ ਅਸੀਂ ਘਰ ਹਜੇ ਸੁੱਤੇ ਪਏ ਸੀ, ਜਿਸ ਵੇਲੇ ਸਾਨੂੰ ਬਾਹਰ ਕਿਸੇ ਬੰਦੇ ਨੇ ਆਵਾਜ਼ ਮਾਰੀ ਕਿ ਗੁਰਦੁਆਰੇ ਚੋਰੀ ਹੋ ਗਈ। ਅਸੀਂ ਫਿਰ ਉੱਥੇ ਉੱਠ ਕੇ ਮੈਂ ਇਸ਼ਨਾਨ ਸ਼ਨੂਨ ਕਰਕੇ ਫਿਰ ਆਇਆ, ਜਾਂ ਇੱਥੇ ਦੇਖਿਆ ਤਾਂ ਉਸ ਵੇਲੇ ਇੱਥੇ ਕਾਫੀ ਬੰਦੇ ਆਏ ਹੋਏ ਤੇ ਫਿਰ ਅਸੀਂ ਕੈਮਰੇ ਵਾਲੇ ਨੂੰ ਫੋਨ ਕੀਤਾ, ਉਹਦਾ ਉਹ ਵੀ ਮੌਕੇ 'ਤੇ ਆ ਗਿਆ। ਫਿਰ ਉਸਨੇ ਸਾਨੂੰ ਕੱਢ ਕੇ ਦੱਸਿਆ ਕਿ ਇੱਦਾਂ ਇੱਦਾਂ ਇਹ ਜਿਹੜੀ ਆ ਚੋਰੀ ਹੋ ਗਈ ਆ। ਉਹ ਬੰਦਾ ਜਿਹੜਾ ਆ ਉਹ ਗੋਲਕ ਚੱਕਦਾ ਵੀ ਦੱਸਦੇ ਆ, ਇੱਕ ਬੰਦਾ ਜਿਹੜਾ ਦੂਆ ਨਾਲ ਆ ਉਹ ਸਰਦਾਰ ਆ, ਇੱਕ ਮੋਨਾ ਆ, ਇੱਕ ਸਰਦਾਰ ਆ। ਜਿਹੜਾ ਸਰਦਾਰ ਤਾਂ ਉਹਨੂੰ ਬਾਹਰ ਜਾ ਕੇ ਛੇਤੀ ਛੇਤੀ ਕੈਮਰੇ ਦੇ ਵਿੱਚ ਆ ਗਿਆ ਕਿ ਉਹਨੂੰ ਸਾਰੀਆਂ ਲਾਈਟਾਂ ਬੁਝਾਤੀ ਆ। ਇਹ ਕੋਈ ਪਹਿਲੀ ਘਟਨਾ ਨਹੀਂ ਹੈ ਜੋ ਚੋਰਾਂ ਵੱਲੋਂ ਗੁਰਦੁਆਰਾ ਸਾਹਿਬ ਨੂੰ ਨਿਸ਼ਾਨਾ ਬਣਾ ਕੇ ਅਜਿਹੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਪਰ ਇੱਥੇ ਪੁਲਿਸ ਦੀ ਕਾਰਗੁਜ਼ਾਰੀ ਤੇ ਵੀ ਸਵਾਲ ਉੱਠਣੇ ਲਾਜ਼ਮੀ ਨੇ, ਕਿਉਂਕਿ ਆਏ ਦਿਨ ਪੰਜਾਬ 'ਚ ਧਾਰਮਿਕ ਸਥਾਨਾਂ 'ਤੇ ਚੋਰੀਆਂ ਦੀਆਂ ਵਾਰਦਾਤਾਂ ਲਗਾਤਾਰ ਵੱਧਦੀਆਂ ਹੀ ਜਾ ਰਹੀਆਂ ਨੇ ਤੇ ਪੁਲਿਸ ਮੂਕ ਦਰਸ਼ਕ ਬਣੀ ਤਮਾਸ਼ਾ ਦੇਖ ਰਹੀ ਹੈ। ਇਸ ਕਰਕੇ ਲੋਕਾਂ ਦਾ ਪੰਜਾਬ ਪੁਲਿਸ ਤੋਂ ਵਿਸ਼ਵਾਸ ਹੀ ਉੱਠਦਾ ਜਾ ਰਿਹਾ ਹੈ। ਅਨੰਦਪੁਰ ਸਾਹਿਬ ਤੋਂ ਪਰਸ਼ੋਤਮ ਭਵਰਾ ਦੀ ਰਿਪੋਰਟ, ਚੈਨਲ ਪੰਜਾਬ।